ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਫੇਰ ਕਰਵਾ ਗਈ ਕਿਰਕਰੀ, ਪੰਜਾਬ ਸਰਕਾਰ ਜਾਂ ਦਿੱਲੀ ਵਾਲੀ? ਨਹੀਂ, ਆਪ ਸਰਕਾਰ ਇੱਥੋਂ ਦੀ ਉਹ ਪੰਜਾਬ ਦੀ ਹੈ ਜੀ। ਤਾਂ ਪੰਜਾਬ ਦੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਸੀਗਾ। ਇਸ ਰਿਪੋਰਟ ਕਾਰਡ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਦੇ ਵਿੱਚ 119 ਅੱਤਵਾਦੀ, 428 ਗੈਂਗਸਟਰ ਫੜੇ ਨੇ ਜੀ, ਤੇ 22 ਅਸੀਂ ਡਰੋਨ ਜਿਹੜੇ ਆ ਉਹ ਡੇਗੇ ਆ। ਤਕਰੀਬਨ 11,69,00,000 ਦੀ ਅਸੀਂ ਡਰੱਗ ਫੜੀ ਆ, 16,798 ਜਿਹੜੇ ਆ ਉਹ ਡਰੱਗ ਵੇਚਣ ਵਾਲੇ ਅਸੀਂ ਫੜੇ ਆ। ਤਾਂ ਮਤਲਬ ਕਿ 1,169 ਕਰੋੜ ਹੋਏਗੀ, ਤਾਂ ਇੱਥੇ ਸ਼ਾਇਦ ਮਿਸ ਪ੍ਰਿੰਟ ਹੈ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਅੰਕੜਾ ਹੈ। ਤਾਂ ਖੈਰ, ਕਿਉਂਕਿ 11 ਕਰੋੜ ਦੀ ਤੇ ਡਰੱਗ ਜਿਹੜੀ ਆ, ਮੈਨੂੰ ਲੱਗਦਾ ਕਿ ਆਪਣੇ ਕਿਸੇ ਇੱਕ ਅੱਧੇ ਸ਼ਹਿਰ ਦੇ ਵਿੱਚੋਂ ਨਿਕਲ ਆਉਣੀ ਹੈ, ਇੰਨੀ ਜ਼ਿਆਦਾ ਹੈ ਜੀ। ਤਾਂ ਖੈਰ, ਹੁਣ ਦੇਖੋ ਇਹਦੇ ਚ ਜਿੰਨਾ ਵੀ ਆਪਾਂ ਇਹਨਾਂ ਦਾ ਦਿੱਤਾ ਹੋਇਆ ਡਾਟਾ ਕੋਟ ਕੀਤਾ ਵਾ, ਤਾਂ ਉਹਦੇ ਚ ਤੁਸੀਂ ਇੱਕ ਗੱਲ ਵਿਚਾਰ ਲਈ ਹੋਣੀ ਆ, ਸੁਣ ਲਈ ਹੋਣੀ ਆ ਕਿ 22 ਡਰੋਨ ਡੇਗ ਦਿੱਤੇ ਆ। ਹੁਣ ਵੇਖੋ ਡਰੋਨ ਜਿਹੜੇ, ਕਿੱਡੀ ਹਾਸੋਹੀਣੀ ਗੱਲ ਆ ਕਿ ਡਰੋਨ ਤਾਂ ਜਿਹੜੇ ਉਹ ਹੱਦਾਂ ਤੇ ਆਉਂਦੇ ਆ, ਤੇ ਹੱਦਾਂ ਦੀ ਨਿਗਰਾਨੀ ਤੇ 50 ਕਿਲੋਮੀਟਰ ਤੱਕ BSF ਦੀ ਆ, ਤੇ ਲੋਕੀ ਪੁੱਛਣ ਡੇ ਆ ਵੀ ਕਿਹੜੇ ਤੋਪਚੀ ਆ ਜਿਹੜੇ ਤੁਹਾਡੇ ਇੱਥੇ ਤੋਪਾਂ ਬੀੜੀਆਂ ਤੋਂ ਡੇਗਦੇ ਆ ਬਈ। ਇਸ ਤਰ੍ਹਾਂ ਮਤਲਬ ਕਿ ਨੰਬਰ ਖੱਟਣ ਦੇ ਚੱਕਰ ਦੇ ਵਿੱਚ ਤੁਸੀਂ ਉਹ ਗੱਲਾਂ ਕਰ ਦਿੰਦੇ ਜੇ ਜਿਹੜੀਆਂ ਤੁਹਾਡੇ ਅਧਿਕਾਰ ਖੇਤਰ ਦੀਆਂ ਹੀ ਨਹੀਂ। ਹੋ ਸਕਦਾ ਕੋਈ ਇੱਕ ਅੱਧਾ ਡਰੋਨ ਚਲੋ ਪੁਲਿਸ ਨੇ ਵੀ ਕਿਤੇ ਡੇਗ ਲਿਆ ਹੋਵੇ, ਪਰ ਬਹੁਤੇ ਡਰੋਨ ਜਿਹੜੇ ਆ ਉਹ ਹੱਦ ਤੇ ਜਿਹੜੇ ਉੱਡਦੇ ਆ, ਕਿਉਂਕਿ ਉਹ ਪਾਬੰਦੀ ਹੈ, ਹੱਦ ਤੇ ਡਰੋਨ ਉੱਡ ਹੀ ਨਹੀਂ ਸਕਦਾ। ਤਾਂ ਜਿਵੇਂ ਵੀ ਇਹ ਮਾਮਲਾ ਕਿਤੇ ਨਾ ਕਿਤੇ BSF ਦੇ ਨਿਗਰਾਨੀ ਹੇਠ ਆਉਂਦਾ, ਤਾਂ ਉਹ ਨਾਲ ਦੀ ਨਾਲ ਫੁੰਡਦੇ ਨੇ, ਚਲੋ ਪੁਲਿਸ ਦਾ ਸਹਿਯੋਗ ਹੈ। ਸੋ ਇਸ ਕਰਕੇ ਇਹ ਕਹਿ ਦੇਣਾ ਕਿ ਅਸੀਂ ਡਰੋਨ ਮਾਰ ਰਹੇ ਹਾਂ, ਇਹ ਬੜੀ ਹਾਸੋਈ ਨਹੀਂ ਜੀ ਗੱਲ ਹੈ। ਵੈਸੇ ਕੱਲ ਰੋਡੇ ਪਿੰਡ ਦੇ ਵਿੱਚ ਗਏ ਸਨ ਧਾਲੀਵਾਲ ਸਾਹਿਬ, ਜਿਹੜੇ ਪੰਚਾਇਤ ਮਿਨਿਸਟਰ ਹੈਗੇ ਨੇ ਜੀ ਜੀ, ਤੇ ਇਹਨਾਂ ਨੇ ਜਾ ਕੇ ਕਾਫੀ ਉੱਥੇ ਤਲਖੀ ਦੇ ਨਾਲ PC ਕੀਤੀ ਸੀ, ਕਿਉਂਕਿ ਇੱਕ NRI ਦੀ ਜ਼ਮੀਨ ਦੇ ਕਬਜ਼ੇ ਦਾ ਮਾਮਲਾ ਸੀ। ਉਹ NRI ਜਿਹੜਾ ਬਜ਼ੁਰਗ ਸੀ, ਆਪਣੀ ਜ਼ਮੀਨ ਦੀ ਲੜਾਈ ਲੜਦਾ ਲੜਦਾ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਅੱਛਾ, ਜਦੋਂ ਉੱਥੇ ਗਏ ਤੇ ਚਲੋ ਕਹਿ ਆਏ ਕਿ ਬਈ ਅਸੀਂ ਇਹ ਕਾਨੂੰਨੀ ਲੜਾਈ ਲੜਾਂਗੇ ਜਿੱਥੋਂ ਤੱਕ ਵੀ ਸਾਨੂੰ ਲੜਨੀ ਪਈ, ਚਲੋ ਜੀ ਗੋਡਿਆ ਠੀਕ ਹੋ ਗਿਆ। ਅੱਛਾ, ਅੱਜ ਇਹਨਾਂ ਦੇ ਪੇਜ ਤੋਂ ਜਾ ਕੇ ਤੁਸੀਂ ਵੇਖੋਗੇ ਤੇ ਇਹ ਕਹਿ ਰਹੇ ਨੇ ਕਿ ਧਾਲੀਵਾਲ ਸਾਹਿਬ ਕਬਜ਼ਾ ਛੜਾ ਆਏ। ਮਤਲਬ ਕਿ ਉਹ ਜਿਹੜਾ ਮਾਮਲਾ ਸੀ ਉਹ ਕੁਛ ਇਸ ਤਰ੍ਹਾਂ ਸੀ ਕਿ ਫਰਜ਼ੀ ਦਸਤਾਵੇਜ਼ ਦੇ ਆਧਾਰ ਤੇ ਕਿਸੇ ਨੇ ਜ਼ਮੀਨ ਆਪਣੇ ਨਾਂ ਕਰਵਾ ਲਈ, ਤਾਂ ਉਹਦਾ ਕਬਜ਼ਾ ਐ ਯਕਦਮ ਤੇ ਜਿਹੜਾ ਜੀ ਉਹ ਨਹੀਂ ਛੁੱਟਦਾ ਨਾ। ਹੁਣ ਉੱਥੇ ਧਾਲੀਵਾਲ ਸਾਹਿਬ ਕਹਿ ਰਹੇ ਕਿ ਅਸੀਂ ਇਹ ਲੜਾਈ ਲੜਾਂਗੇ, ਤੇ ਪੇਜ ਇਹਨਾਂ ਦਾ ਆਖਣ ਡਿਆ ਕਿ ਨਹੀਂ ਲੜਾਈ ਜਿੱਤ ਲਈ ਹੈ, ਮਤਲਬ ਕਿ ਕਬਜ਼ਾ ਵੀ ਛੁੜਾ ਆਇਆ, ਹੱਦ ਹੋ ਗਈ ਹੈ। ਸੋ ਇੰਨਾ ਫਰਕ ਹੈ। ਤੇ ਜਦੋਂ ਤੁਸੀਂ ਇਸ ਤਰ੍ਹਾਂ ਨੰਬਰਾਂ ਦੇ ਵਿੱਚ ਪੈਨੇ ਹੋ ਨਾ, ਮੈਂ ਵਾਰ ਵਾਰ ਕਹਿਣਾ ਹੁੰਦਾ ਕਿ ਦੇਖੋ ਨੰਬਰ ਤੁਹਾਨੂੰ ਦੇਣੇ ਹੁੰਦੇ ਜਨਤਾ ਨੇ, ਤੁਸੀਂ ਚੁੱਪ ਚਾਪ ਕੰਮ ਕਰਦੇ ਚੱਲੋ, ਜਨਤਾ ਆਪਣੇ ਆਪ ਤੁਹਾਡੇ ਨੰਬਰ ਨੋਟ ਕਰਦੀ ਕਰਦੀ ਤੁਹਾਡੇ ਰਿਪੋਰਟ ਕਾਰਡ ਦੇ ਵਿੱਚ ਦਰਜ ਕਰੇਗੀ। ਪਰ ਜਦੋਂ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਇਹ ਫਿਰ ਇਸ ਤਰ੍ਹਾਂ ਦਾ ਕਈ ਵਾਰ ਮਾਹੌਲ ਬਣ ਜਾਂਦਾ ਹੈ ਕਿ ਜਿਹਦੇ ਚ ਤੁਹਾਡੀ ਗੱਲ ਜਿਹੜੀ ਹੈ ਉਹ ਵਾਰ ਵਾਰ ਫੜੀ ਜਾਂਦੀ ਹੈ। ਉਹਦੇ ਚ ਫਿਰ ਸਰਕਾਰ ਦੀ ਹੇਠ ਹੀ ਹੁੰਦੀ ਹੈ, ਪਰ ਸਰਕਾਰ ਹੈ ਕਿ ਉਹ ਆਪਦੇ ਹਿਸਾਬ ਕਿਤਾਬ ਨਾਲ ਚੱਲ ਰਹੀ ਹੈ ਜੀ ਅੱਜ ਕੱਲ੍ਹ।